ਅਸਲਾਮੁ ਅਲੈਕੁਮ ਦੋਸਤੋ ਮਾਸ਼ਾਅੱਲਾ ਰੋਜ਼ਾਨਾ ਦੀ ਨਿਸਬਤ ਅੱਜ ਫਿਰ ਦੋਸਤਾਂ ਵਾਸਤੇ ਬਿਹਤਰੀਨ ਜ਼ਮੀਨ ਤੇ ਬਹੁਤ ਖਾਸ ਤੇ ਬਹੁਤ ਅੱਛੀ ਇੰਦੀ ਲੋਕੇਸ਼ਨ ਤੁਸੀਂ ਜ਼ਮੀਨ ਦੇ ਨਾਲ ਨਾਲ ਆਪਣੀ ਲੋਕੇਸ਼ਨ ਵੱਲ ਵੀ ਇਗੋਰ ਕਰਨੀ ਕਿਉਂਕਿ ਅਕਸਰ ਆਪਾਂ ਜਦੋਂ ਵੀਡੀਓ ਅਪਲੋਡ ਕਰਨੇ ਆ ਨਾ ਤੇ ਕਈ ਦੋਸਤੇ ਗੱਲ ਕਰਦੇ ਪੈਣੇ ਕਿ ਭਾਈ ਚਕਵਾਲ ਵਾਲੀ ਸਾਈਡ ਤੇ 40000 50000 ਜਾਂ ਫਿਰ 60000 ਫੀ ਕਨਾਲ ਜ਼ਮੀਨ ਦੀ ਕੀਮਤ ਚੱਲਦੀ ਪਈ ਹੈ ਦੋਸਤੋ ਇੰਨੀ ਕੀਮਤ ਚੱਲਦੀ ਪਈ ਹੈ ਬਲਕਿ ਜ਼ਮੀਨ ਦੀ ਕੀਮਤ ਇਸ ਤੋਂ ਘੱਟ ਵੀ ਚੱਲਦੀ ਪਈ ਹੈ ਸਾਡੇ ਕੋਲ 10000 15000 20000 ਫੀ ਕਨਾਲ ਵਾਲੀ ਜ਼ਮੀਨਾਂ ਵੀ ਚਕਵਾਲ ਵਾਲੀ ਸਾਈਡ ਤੇ ਮੌਜੂਦ ਹੈਗੀਆਂ ਨੇ ਜਿਆਦਾ ਗੱਲ ਹੁੰਦੀ ਹੈ ਲੋਕੇਸ਼ਨ ਦੀ ਕਿ ਹਰ ਜ਼ਮੀਨ ਦੀ ਕੀਮਤ ਨਾਲ ਨਾਲ ਉਹਦੀ ਲੋਕੇਸ਼ਨ ਵੱਲ ਲਾਜ਼ਮੀ ਗੌਰ ਕਰਨਾ ਚਾਹੀਦਾ ਹੈ ਕਿ ਜ਼ਮੀਨ ਦੀ ਲੋਕੇਸ਼ਨ ਕੀ ਹੈਗੀ ਹੈ ਇਥੋਂ ਸ਼ਹਿਰ ਕਿੰਨੀ ਦੂਰ ਹੈ ਇਥੋਂ ਪੱਕਾ ਰਸਤਾ ਕਿੰਨੀ ਦੂਰ ਹੈ ਜ਼ਮੀਨ कैसी है, है।, है। ज़मीन दी कंडीशन कैसी ਹੈਗੀ ਇਹ ਗੱਲ ਹੁੰਦੀ ਹੈ ਖਾਸ ਇਹ ਨਹੀਂ ਕਿ ਕੀਮਤ ਸੁਣੋ ਤੇ ਕੀਮਤ ਕਣੀ ਹੈ ਬਾ ਛੱਡ ਦਿਓ ਇੱਕ ਦੋਸਤ ਨੇ ਕਿਹਾ ਕਿ 40 50 ਹਜ਼ਾਰ ਰੇਟ ਚੱਲਦਾ ਪਿਆ ਦੋਸਤੋ ਰੇਟ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਲੋਕੇਸ਼ਨ ਦੀ 40 50 ਹਜ਼ਾਰ ਜ਼ਿਆਦਾ ਹੈ ਸਾਡੇ ਕੋਲੇ 10000 15000 ਫੀਕ ਕਨਾਲ ਵਾਲੀ ਜ਼ਮੀਨਾਂ ਮੌਜੂਦ ਹੈਗੀਆਂ ਨੇ ਗੱਲ ਹੁੰਦੀ ਲੋਕੇਸ਼ਨ ਤੇ ਗੱਲ ਲੋਕੇਸ਼ਨ ਤੇ ਆ ਕੇ ਖਤਮ ਹੋ ਜਾਂਦੀ ਹੈ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਆਟ ਵਡਾ ਦੋਸਤ ਅਬਦਲ ਵਾਹਿਦ ਇਹ ਮਾਸ਼ਾਅੱਲਾ ਆਪਣੇ ਕੋਲੇ ਇਹ 10 ਏਕੜ ਇਜ਼ਰਾਇ ਜ਼ਮੀਨ ਹੈ ਪਰਾਵਾਂ ਦੇ ਸਾਹਮਣੇ ਇਹ ਜਵਾਰ ਦੀ ਫਸਲ ਯਾਨੀ ਕਿ ਜਾਨਵਰਾਂ ਵਾਸਤੇ ਚਾਰਾ ਇੱਥੇ ਕਾਸ਼ਤ ਹੋਇਆ ਹੈ। ਦੋਸਤੋ ਇਹ ਜ਼ਮੀਨ 90% ਆਬਾਦ ਹੈਗੀ ਜੀ। ਕਿ 90% ਦਾ ਇਹ ਮਤਲਬ ਹੈ ਕਿ ਥੋੜੀ ਜਿਹੀ ਜ਼ਮੀਨ ਨਾਲ ਗੈਰ ਆਬਾਦ ਵੀ ਹੈਗੀ। ਕਿ 10 ਏਕੜ ਜ਼ਮੀਨ ਨਾ 10 ਏਕੜ ਜ਼ਮੀਨ ਹੈ ਵਿੱਚੋਂ 1 ਏਕੜ ਜਾਂ 2 ਏਕੜ ਜ਼ਮੀਨ ਗੈਰ ਆਬਾਦ ਮੌਜੂਦ ਹੈ। ਜਿਹੜੀ ਆਪਾਂ ਨੂੰ ਇਹਦੇ ਨਾਲ ਇਸ ਕੀਮਤ ਵਿੱਚ ਮਿਲ ਜਾਣੀ ਹੈ। ਕੀ ਆਪਾਂ ਇੱਕੋ ਕੀਮਤ ਕਰਨੀ ਐ ਜ਼ਮੀਨ ਦੀ 10 ਏਕੜ ਜ਼ਮੀਨ ਐ ਜਿਆਦਾ ਆਬਾਦ ਥੋੜੀ ਗੈਰ ਆਬਾਦ ਇਹ ਮੁਕੰਮਲ ਜ਼ਮੀਨ ਦੇ ਅੰਦਰ ਜਿਹੜੀ ਕਿ ਜ਼ਮੀਨ ਆਬਾਦ ਹੈਗੀ ਉਹਦੇ ਵਿੱਚ ਜਵਾਰ ਦੀ ਫਸਲ ਯਾਨੀ ਕਿ ਜਾਨਵਰਾਂ ਵਾਸਤੇ ਚਾਰਾ ਇੱਕ ਆਸ਼ ਤੇ ਇਹ ਪਰਾਵਾਂ ਦੇ ਸਾਹਮਣੇ ਬਾਕੀ ਜਿਹੜਾ ਜਵਾਰ ਹੈਗੀ ਐ ਇਹਦਾ ਕੀ ਰੇਟ ਚੱਲਦਾ ਪਿਆ ਐ ਇਹ ਮੇਰੇ ਦੋਸਤਾਂ ਨੂੰ ਪਤਾ ਹੋਣਾ ਐ ਕਿ ਜਵਾਰ ਦੀ ਇਸ ਟਾਈਮ ਕੀ ਕੀਮਤ ਚੱਲਦੀ ਪਈ ਏ ਇਹ ਮੇਰੇ ਪਰਿਵਾਰ ਨੂੰ ਪਤਾ ਹੈ ਤੇ ਦੋਸਤੋ ਇੰਦੀ ਲੋਕੇਸ਼ਨ ਮੈਂ ਦੋਸਤਾਂ ਨੂੰ ਦੱਸਣ ਲੱਗੇ ਆ ਤੁਸੀਂ ਇੰਦੀ ਲੋਕੇਸ਼ਨ ਵੱਲ ਕਰਨੀਏ ਗੌਰ ਇੰਦੀ ਲੋਕੇਸ਼ਨ ਕੀ ਤੇ ਲੋਕੇਸ਼ਨ ਸੁਣ ਕੇ ਫਿਰ ਤੁਸੀਂ ਵੇਖਣਾ ਜ਼ਮੀਨ ਦੀ ਕੀਮਤ ਆਪਾਂ ਕਿੰਨੀ ਕਰਦੇ ਪਏ ਕਿਉਂਕਿ ਜ਼ਮੀਨ ਦੀ ਕੀਮਤ ਲੋਕੇਸ਼ਨ ਦੇ ਹਿਸਾਬ ਨਾਲ ਹੁੰਦੀ ਏ ਜ਼ਮੀਨ ਦੀ ਕੰਡੀਸ਼ਨ ਦੇ ਹਿਸਾਬ ਨਾਲ ਹੁੰਦੀ ਏ زمین ਕਿੰਨੀ ਆਵਾਦ ਹੈ ਕਿੰਨੀ ਗੈਰ ਆਵਾਦ ਹੈ ਇਹ ਮਿੱਟੀ कैसी है की है। है ये ये हर चीज ਨੂੰ ਮੱਧ ਨਜ਼ਰ ਰੱਖ ਕੇ ਤੇ ਫਿਰ ਜ਼ਮੀਨ ਦੀ ਕੀਮਤ ਹੁੰਦੀ ਹੈ ਕਈ ਦੋਸਤ ਸਿਰਫ ਜ਼ਮੀਨ ਦੀ ਕੀਮਤ ਵੱਲ غور ਕਰਦੇ ਨੇ ਦੋਸਤੋ ਤਖਸੀਲੋ ਜ਼िला ਚਕਵਾਲ ਦਾ ਇਲਾਕਾ ਹੈਗਾ ਇਹ ਜ਼िला 20 ਚਕਵਾਲ ਤਖਸੀਲ 20 ਚਕਵਾਲ ਚਕਵਾਲ 라ਵਲਪਿੰਡੀ ਮੇਨ ਰੋਡ ਤੋਂ ਆਪਣੀ ਇਹ ਜ਼ਮੀਨ ਸਿਰਫ 2 ਕਿਲੋਮੀਟਰ ਅੰਦਰ ਹੈਗੀ ਜੇ ਦੋਸਤੋ ਚਕਵਾਲ ਰਾਵਲਪਿੰਡੀ ਮੇਨ ਰੋਡ ਆਪਣੀ ਜ਼ਮੀਨ ਤੋਂ ਸਿਰਫ 2 ਕਿਲੋਮੀਟਰ ਸਫਰ ਤੇ ਮੌਜੂਦ ਹੈ ਇਹ ਸਾਹਮਣੇ ਚੈੱਕ ਕਰ ਲਓ ਮਸਜਿਦ ਆਬਾਦੀ ਮਾਸ਼ਾਅੱਲਾ ਮਸਜਿਦ ਆਬਾਦੀ ਯਾਨੀ ਕਿ ਆਬਾਦੀ ਦੇ ਇੰਤਹਾਈ ਕਰੀਬ ਆਪਣੀ ਜ਼ਮੀਨ ਹੈਗੀ ਜੇ ਤੇ ਇੰਨੀ ਦੂਰ ਹੀ ਇਥੋਂ ਬਿਜਲੀ ਹੈਗੀ ਹੈ ਬਿਜਲੀ ਆਬਾਦੀ ਜ਼ਮੀਨ ਦੇ ਇੰਤਹਾਈ ਕਰੀਬ ਹੈ ਆਸ-ਪਾਸ ਡੇਰੇ ਹੈਗੇ ਨੇ ਬਹੁਤ ਇੱਕ ਖਾਸ ਜ਼ਮੀਨ ਦੀ ਲੋਕੇਸ਼ਨ ਹੈ ਕੀ ਤੇ ਗੱਲ ਕਰਦੇ ਪੈਸਾ ਮੈਂ ਚਕਵਾਲ 라ਵਲ ਪਿੰਡੀ ਰੋਡ ਤੋਂ 2 ਕਿਲੋਮੀਟਰ ਇਸ ਜ਼ਮੀਨ ਅੰਦਰ ਹੈਗੀ ਜੀ ਲੇਕਿਨ ਡੁੜਿਆਲ ਸ਼ਹਿਰ ਤੋਂ ਦੋਸਤਾਂ ਨੂੰ ਪਤਾ ਹੋਣਾ ਹੈ ਡੁੜਿਆਲ ਸ਼ਹਿਰ ਬੜਾ ਮਸ਼ਹੂਰ ਮਰੂਫ ਸ਼ਹਿਰ ਹੈਗਾ ਇਸ ਇਲਾਕੇ ਦਾ ਡੁੜਿਆਲ ਸ਼ਹਿਰ ਤੋਂ ਸਿਰਫ 2 ਜਾਂ ਲਾਸਟ 2.5 ਕਿਲੋਮੀਟਰ ਇਸ ਜ਼ਮੀਨ ਅੰਦਰ ਹੈਗੀ ਜੀ ਤੁਸੀਂ 2.5 ਕਿਲੋਮੀਟਰ ਸਮਝ ਲਓ ਨੁੜਿਆਲ ਸ਼ਹਿਰ ਆਪਣੀ ਜ਼ਮੀਨ ਤੋਂ 2.5 ਕਿਲੋਮੀਟਰ ਇਹ ਸਫ਼ਰ ਤੇ ਮੌਜੂਦ ਹੈਗਾ ਜੀ ਕਿ 2.5 ਕਿਲੋਮੀਟਰ ਨੁੜਿਆਲ ਸ਼ਹਿਰ ਜਿਹੜਾ ਮੇਨ ਰੋਡ ਉਹ 2 ਕਿਲੋਮੀਟਰ ਇਹ ਆਪਾਂ ਦੋਸਤਾਂ ਨੂੰ ਗੱਲ ਕਰ ਚੁੱਕੇ ਆ ਹੁਣ ਗੱਲ ਰਹੇਗੀ ਪੱਕਾ ਰਸਤਾ ਯਾਨੀ ਕਿ ਲਿੰਕ ਰੋਡ ਦੋਸਤੋ ਪੱਕਾ ਰਸਤਾ ਯਾਨੀ ਕਿ ਲਿੰਕ ਰੋਡ ਆਪਣੀ ਜ਼ਮੀਨ ਤੋਂ ਸਿਰਫ ਅੱਧਾ ਕਿਲੋਮੀਟਰ ਫਾਸਲੇ ਤੇ ਮੌਜੂਦ ਹੈਗਾ ਜੀ ਇਹ ਸਾਰੀਆਂ ਗੱਲਾਂ ਦੋਸਤੋ ਨੋਟ ਕਰਨ ਵਾਲੀਆਂ ਨੇ ਕਿ ਜਿਵੇਂ ਕਿ ਆਪਾਂ 라ਵਲ ਪਿੰਡੀ ਚਕਵਾਲ ਮੇਨ ਰੋਡ ਤੋਂ 2 ਕਿਲੋਮੀਟਰ ਅੰਦਰ ਜਾਣਾ ਨਾ ਜਿੰਦੇ ਵਿੱਚ 1.5 ਕਿਲੋਮੀਟਰ ਹੈਗਾ ਪੱਕਾ ਰਸਤਾ ਲਿੰਕ ਰੋਡ ਇਸ ਜ਼ਮੀਨ ਦੇ ਕਰੀਬ ਆ ਕੇ ਅੱਧਾ ਕਿਲੋਮੀਟਰ ਕੱਚਾ ਰਸਤਾ ਹੈ ਲੇਕਿਨ 20 ਫੁੱਟ ਰਸਤਾ ਚੋੜਾ ਹੈਗਾ ਜੀ ਵੀ ਫੁੱਟ ਦੋਸਤਾਂ ਨੂੰ ਰਸਤਾ ਚੌੜਾ ਮਿਲੇਗਾ ਤੁਹਾਡੇ ਪਰਾਵਾਂ ਦੀ ਹਰ ਇੱਕ ਚੀਜ਼ ਮੌਕੇ ਤੱਕ ਆਵੇਗੀ ਤੇ ਉਸ ਰਸਤੇ ਤੇ ਆਪਣੀ ਜ਼ਮੀਨ ਦਾ ਫਰੰਟ ਤੇ ਦੋਸਤੋ نیچے 80 ਫੁੱਟ ਤੇ ਸ਼ਰਤਿਆਂ ਮਿੱਠਾ ਪਾਣੀ ਤੇ ਬੇਸ਼ੁਮਾਰ ਪਾਣੀ ਹੈ ਬਾਕੀ ਮੈਂ ਦੋਸਤਾਂ ਨੂੰ ਗੱਲ ਪਹਿਲੇ ਵੀ ਕਰਦਾ ਹੁੰਨਾ ਕਿ ਚਕਵਾਰ ਵਾਲੀ ਸੇੜ ਤੇ ਅਗਰ ਪਾਣੀ ਜ਼ਿਆਦਾ ਡੂੰਘਾ ਹੋਵੇ ਨਾ ਸਿਰਫ 100 ਫੁੱਟ ਹੁੰਦਾ ਹੈ ਇਲਾਜ਼ਾ ਇੱਥੇ ਆਮ ਤੌਰ ਤੇ ਪਾਣੀ 70 ਫੁੱਟ 80 ਫੁੱਟ ਤੇ ਸ਼ਰਤਾਂ ਮਿੱਠਾ ਆਪਾਂ ਨੂੰ ਪਾਣੀ ਮਿਲ ਜਾਂਦਾ ਹੁੰਦਾ ਹੈ ਇਸ ਇਲਾਕੇ 'ਚ ਪਾਣੀ 50 ਫੁੱਟ ਤੇ ਵੀ ਵਗੇ ਨੇ ਵੱਧ ਵੱਧ 100 ਫੁੱਟ ਤੇ ਇਲਾਜ਼ਾ ਜਿਹੜੀ ਇਹ ਜ਼ਮੀਨ ਹੈਗੀ ਇੱਥੇ نیچے ਪਾਣੀ ਹੈਗਾ 80 ਫੁੱਟ ਤੇ ਦੋਸਤੋ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਉਹਦੇ ਵਿੱਚ ਕਦੇ ਗਲਤ ਬਿਆਨੀ ਨਹੀਂ ਹੁੰਦੀ ਇਸ ਵਾਸਤੇ ਆਪਣੀ WhatsApp 24 ਘੰਟੇ ਔਨ ਹੁੰਦੀ ਹੈ ਮੈਸੇਜ ਕਰੋ ਤੁਹਾਨੂੰ ਰਿਪਲਾਈ ਮਿਲੇਗੀ ਸਵੇਰ ਆਜੋ ਤੁਹਾਨੂੰ ਇਹ ਜ਼ਮੀਨ ਮਿਲੇਗੀ ਇਸ ਉੱਤੇ ਕੀ ਗੱਲ ਹੁੰਦੀ ਹੈ ਤੇ ਦੋਸਤੋ ਜ਼ਮੀਨ ਦੇ ਚਾਰੋਂ ਤਰਫੋਂ ਚਾਰੋਂ ਤਰਫ ਜ਼ਮੀਨ ਦੇ ਬਾਉਂਡਰੀ ਲੱਗੀ ਹੋਈ ਹੈ ਇਹ ਗੱਲ ਹੈਗੀ ਹੈ ਬੜੀ ਖਾਸ ਦੋਸਤੋ ਨੂੰ ਮੈਂ ਉਹ ਵੀ ਕਰ ਦਵਾ ਕਲੀਅਰ ਜਿਹੜਾ ਤੁਸੀਂ ਮੌਕੇ ਤੇ ਆਉਂਗੇ ਇਨਸ਼ਾਅੱਲਾ ਖੁਸ਼ ਹੋ ਜਾਓਗੇ ਕਿ ਆਪਣੀ ਜ਼ਮੀਨ ਦੇ ਆਸ-ਪਾਸ ਪਲਾਟਿੰਗ ਦੀ ਕਟਿੰਗ ਹੋ ਰਹੀ ਹੈ ਕਿ ਕਿ ਐਸਾ ਹਰੀਆ ਜਿੰਦੇ ਨਾਲ ਪਲਾਟਿੰਗ ਕਟਿੰਗ ਹੋ ਰਹੀ ਹੈ ਤੁਸੀਂ ਮੌਕੇ ਤੇ ਆ ਕੇ ਚੈੱਕ ਕਰ ਸਕਦੇ ਜੀ ਹਕੀਕਤ ਹੈ ਇਹਦੇ ਵਿੱਚ 1% ਵੀ ਗਲਤ ਬਿਆਨੀ ਨਹੀਂ ਹੁੰਦੀ ਹਾਜੀ ਅਰਫਾਨ ਅਬਾਦ ਸਾਬ ਦੇ ਦੋਵੇਂ ਨੰਬਰ ਤੁਹਾਡੇ ਸਾਹਮਣੇ ਤੇ ਮੇਰਾ WhatsApp ਨੰਬਰ ਲੱਗਿਆ ਹੁੰਦਾ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਰਾਬਤਾ ਕਰੋ ਤੁਹਾਨੂੰ ਫੋਨ ਰਪੜਾਈ ਮਿਲੇਗੀ ਸੋਭਾ ਆਜੂ ਆਪਾਂ ਤੁਹਾਨੂੰ ਜ਼ਮੀਨ ਦੇਾਂਗੇ ਤੇ ਬਾਕੀ ਦੋਸਤੋ ਗੱਲ ਉਵੇਂ ਹੀ ਜਿਵੇਂ ਮੈਂ ਹਰ ਮੂਵੀ ਦੇ ਵਿੱਚ ਗੱਲ ਕਰਦਾ ਹਾਂ ਹਲਕੇ ਫੁਲਕੇ ਬਿਆਨ ਨੇ ਤੇ ਦੋਸਤਾਂ ਨੂੰ ਤਮਾਮ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਹਲਕੇ-ਫੁਲਕੇ ਬਿਆਨੇ ਤੇ ਤੁਹਾਨੂੰ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜੇਗਾ ਤੁਹਾਡੇ ਦੋਸਤਾਂ ਦੇ ਫੁੱਲ ਮੁਤਮਨ ਹੋਣ ਤੋਂ ਬਾਅਦ ਜ਼ਮੀਨ ਤੁਹਾਡੇ ਨਾਮ ਟਰਾਂਸਫਰ ਹੋ ਜਾਏਗੀ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਇਹ ਆਪਣੇ ਕੋਲੇ 10 ਏਕੜ ਜ਼ਮੀਨ ਭਰਾਵਾਂ ਦੇ ਸਾਹਮਣੇ ਇਹਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 28 ਲੱਖ ਰੁਪਇਆ ਦੋਸਤੋ 20 ਤੇ 8 28 28 ਲੱਖ ਰੁਪਇਆ فی ਏਕੜ ਦੇ ਹਿਸਾਬ ਨਾਲ ਇਹਦੀ ਡਿਮਾਂਡ ਕੀਤੀ ਹੈ ਤੇ ਜਿਵੇਂ ਨੇ ਦੋਸਤੋਂ ਨੂੰ ਮੈਂ ਗੱਲ ਕੀਤੀ ਸੀ ਲੋਕੇਸ਼ਨ ਤੁਸੀਂ ਉਹ ਵੀ ਨੋਟ ਕਰਨੀ ਹੈ ਜੀ ਤੇ 3.5 ਲੱਖ ਰੁਪਇਆ ਯਾਨੀ ਕਿ 3,50,000 ਰੁਪਇਆ فی ਕਨਾਲ ਇਹ ਜ਼ਮੀਨ ਦੀ ਡਿਮਾਂਡ ਹੈ ਜੀ ਕਿਉਂਕਿ ਆਪਣੇ ਕੋਲੇ 80 ਕਨਾਲ ਹੈ ਤੁਸੀਂ ਨੂੰ 80 ਕਨਾਲ ਕਹਿ ਸਕਦੇ ਜੀ 10 ਏਕੜ ਜ਼ਮੀਨ ਵੀ ਕਹਿ ਸਕਦੇ ਜੀ ਤੇ ਦੋਸਤੋਂ ਇਨਸ਼ਾ ਅੱਲਾਹ ਤਾਲਾ ਬਾਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼